ਆਪਣੀ 1.5 ਕਿੱਲੇ ਜੋ ਕਿ ਉਹਨਾਂ ਦੀ ਸਾਂਝੀ ਭਰਾਵਾਂ ਦੀ ਜ਼ਮੀਨ ਸੀਗੀ, ਉਸ 1.5 ਕਿੱਲੇ ਜ਼ਮੀਨ ਨੂੰ ਲੋਕਾਂ ਦੀ ਭਲਾਈ ਦੇ ਲਈ ਕੁਦਰਤ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਲੋਕ ਅਰਪਿਤ ਕੀਤਾ। ਟੋਟਲ ਇੱਕ 50 ਕਸੂਰ ਦਿੱਤੇ ਆ, ਟੋਟਲ 1500 ਬੂਟਾ, ਪਿੱਪਲ ਆ, ਬੋਹੜ ਆ, ਕਿੱਕਰਾਂ, ਬੇਰੀਆਂ, ਟਾਹਲੀਆਂ, ਵਾਂਸ ਆ, ਸੁਹੰਜਣਾ ਵਾ। ਚੰਗੀ ਪ੍ਰੇਰਨਾ ਔਰ ਚੰਗੇ ਸਹਿਯੋਗ ਵਾਲੀ ਜਿਹੜੀ ਸਟੋਰੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਇੱਕ ਅਜਿਹੀ ਸਟੋਰੀ ਜਿਸ ਦੇ ਵਿੱਚ ਇੱਕ ਇਨਸਾਨ ਵੱਲੋਂ ਆਪਣੀ 1.5 ਕਿੱਲੇ ਜੋ ਕਿ ਉਹਨਾਂ ਦੀ ਸਾਂਝੀ ਭਰਾਵਾਂ ਦੀ ਜ਼ਮੀਨ ਸੀਗੀ, ਉਸ 1.5 ਕਿੱਲੇ ਜ਼ਮੀਨ ਨੂੰ ਲੋਕਾਂ ਦੀ ਭਲਾਈ ਦੇ ਲਈ ਕੁਦਰਤ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਲੋਕ ਅਰਪਿਤ ਕੀਤਾ ਗਿਆ। ਔਰ ਅੱਜ ਅਸੀਂ ਉਸ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ। ਉਹ ਉਪਰਾਲਾ ਕੀ ਹੈ ਔਰ ਕਿਵੇਂ ਇਸ ਦੀ ਸ਼ੁਰੂਆਤ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤਾਂ ਇਸ ਨਿੱਜੀ ਜ਼ਮੀਨ ਦੇ ਜਿਹੜੇ ਮਾਲਕ ਨੇ ਸਰਦਾਰ ਨਰਿੰਦਰ ਸਿੰਘ ਮੇਰੇ ਨਾਲ ਨੇ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ। ਧੰਨਵਾਦ ਸਰ ਜੀ, ਧੰਨਵਾਦ ਜੀ। ਨਰਿੰਦਰ ਜੀ, ਇਹ ਕਿਵੇਂ ਜਿਹੜਾ ਹੈਗਾ ਸਾਰੇ ਦੇ ਸਾਰੀ ਸ਼ੁਰੂਆਤ, ਕਿਉਂਕਿ ਜਦੋਂ ਪਤਾ ਲੱਗਿਆ ਸਾਨੂੰ ਆਪ ਬੜੀ ਹੈਰਾਨੀ ਹੋਈ ਕਿ ਬੜਾ ਸੋਹਣਾ ਉਪਰਾਲਾ ਹੈਗਾ। ਹੁਣ ਪੰਛੀ, ਇਨਸਾਨ, ਹਰ ਕੋਈ ਜਿਹੜਾ ਹੈਗਾ ਉਹ ਛਾਂ ਲੱਭ ਰਿਹਾ ਹੈਗਾ, ਤੇ ਕਿਵੇਂ ਇਹ ਜਿਹੜਾ ਜ਼ਮੀਨ ਦਾ ਜਿਹੜਾ ਐਡਾ ਵੱਡਾ ਕਹਿ ਸਕਦੇ ਕਿ 1.5 ਕਿੱਲਾ ਹੈਗਾ ਪਹਿਲਾਂ, ਤੇ ਕਿੱਦਾਂ ਸ਼ੁਰੂਆਤ ਹੈਗੀ ਇੱਥੇ ਜੰਗਲ ਲਾਉਣ ਦੀ? ਜੰਗਲ ਸਰ ਜੀ ਇਸ ਤਰ੍ਹਾਂ ਕਿ ਅਸੀਂ ਕੁਦਰਤੀ ਨਾ ਆਪਣੇ ਗਏ ਸੀ, ਖਡੂਰ ਸਾਹਿਬ ਗਏ ਸੀ ਅਸੀਂ। ਅੱਛਾ ਜੀ, ਖਡੂਰ ਸਾਹਿਬ। ਹਾਂਜੀ ਹਾਂਜੀ, ਕਾਰ ਸੇਵਾ ਵਾਲੇ ਬਾਬਾ ਜੀ ਨੇ, ਸੇਵਾ ਸਿੰਘ ਜੀ, ਉਹਨਾਂ ਨੂੰ ਮਿਲੇ। ਉਹਨਾਂ ਨਾਲ ਇੱਦਾਂ ਹੀ ਬੈਠੇ, ਮਤਲਬ ਗੱਲਬਾਤ ਹੀ ਚੱਲ ਰਹੀ ਸੀ, ਤੇ ਉਹਨਾਂ ਨੇ ਹੀ ਸਾਨੂੰ ਮਤਲਬ ਪ੍ਰੇਰਿਤ ਕੀਤਾ ਕਿ ਅਗਰ ਟੈਂਪਰੇਚਰ ਜਿਹੜਾ ਵਾ 2-4 ਡਿਗਰੀ ਵੀ ਹੋਰ ਵੱਧ ਗਿਆ ਤੇ ਸਾਡੀ ਕਮਾਈ ਕਿਸੇ ਕੰਮ ਨਹੀਂ ਆਉਣੀ, ਬਿਮਾਰੀਆਂ ਵਧਣਗੀਆਂ, ਕੋਈ ਇੱਥੇ ਮਤਲਬ ਫਸਲ ਵਗੈਰਾ ਨਹੀਂ ਹੋਊਗੀ, ਤੇ ਆਪਾਂ ਨੂੰ ਵੱਧ ਤੋਂ ਵੱਧ ਜੰਗਲ। ਬਾਬਾ ਜੀ ਅੱਗੇ ਵੀ ਬਹੁਤ ਜੰਗਲ ਲਵਾ ਰਹੇ, ਬੂਟੇ ਬਹੁਤ ਲਵਾ ਰਹੇ ਸੀ, ਬਿਲਕੁਲ। ਤੇ ਉਹਨਾਂ ਨੇ ਫਿਰ ਪ੍ਰੇਰਿਤ ਕੀਤਾ ਤੇ ਮੇਰੇ ਮੂੰਹ ਨਿਕਲ ਗਿਆ, ਮੈਂ ਵੀ ਸਾਡੇ ਕੋਲ ਵੀ 1.5 ਕਿੱਲਾ ਐਕਸਟਰਾ ਜ਼ਮੀਨ ਹੈਗੀ, ਇੱਕ ਸਾਈਡ ਤੇ ਵੱਖਰੀ ਆ, ਬਾਕੀ ਮਤਲਬ ਮਨ ਸੀਗਾ। ਹਾਂ ਮਨ ਸੀ, ਮਨ ਤੇ ਹੈਗਾ ਸੀ ਵੀ ਉਹ ਮਤਲਬ ਵੱਖਰੀ ਆ, ਬਾਕੀ ਜ਼ਮੀਨ ਸਾਡੇ ਕੋਲ ਰਹੀਏ ਆ, ਤੇ ਇਹ ਮਤਲਬ ਵੱਖਰੀ ਜ਼ਮੀਨ ਸੀ। ਤੇ ਮੈਂ ਬਾਬਾ ਜੀ ਨੇ ਕਿਹਾ ਮੈਂ ਜ਼ਮੀਨ ਹੈਗੀ, ਤੁਸੀਂ ਲਗਾ ਦਿਓ ਬੂਟੇ। ਤੇ ਉਹਨਾਂ ਨੇ ਫਿਰ ਆਪਣੇ ਸੇਵਕ ਭੇਜੇ, ਬਾਬਾ ਦਵਿੰਦਰ ਸਿੰਘ ਜੀ ਆਏ, ਤੇ ਉਹ ਲਗਾ ਕੇ ਗਏ। ਤਕਰੀਬਨ ਕੋਈ 1.5 ਸਾਲ ਹੋ ਗਿਆ ਲੱਗੇ ਨੂੰ ਮੈਨੂੰ। ਕਿੰਨੀ ਵੈਸੇ ਤੁਹਾਡਾ ਨਿੱਜ ਤਾਂ ਹੈਗੀ ਆ ਕਿ ਕਿੰਨੀ ਜ਼ਮੀਨ ਹੈਗੀ ਜੇ ਤੁਸੀਂ ਦੱਸਣਾ ਚਾਹੋ? ਜ਼ਮੀਨ ਗੱਲ ਕਿ ਅਸੀਂ 3 ਭਰਾ ਵਾਂ, ਤੇ ਬਾਕੀ ਜ਼ਮੀਨ ਸਾਡੇ ਕੋਲ 13-14 ਕਿੱਲੇ ਰਹੀ ਵੀ ਹੈਗੀ ਆ। ਆਪਣੇ ਛੋਟੇ ਬ੍ਰਦਰ ਆ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਕੋਈ ਨਹੀਂ ਕਿਹਾ, ਉਹਨਾਂ ਕਿਹਾ ਜੀ ਬਹੁਤ ਵਧੀਆ ਉਪਰਾਲਾ ਵਾ। ਛੋਟਾ ਬ੍ਰਦਰ ਆ, ਉਹ ਵੀ ਮਤਲਬ ਇਸੇ ਲਾਈਨ ਵਿੱਚ ਹੀ ਆ, ਠੀਕ ਹੈ, ਕੀਰਤਨ ਵਗੈਰਾ ਕਰਦੇ ਹੋ, ਬਹੁਤ ਵਧੀਆ ਕੀਰਤਨੀ ਹੈ ਛੋਟਾ ਬ੍ਰਦਰ ਮੇਰਾ, ਆਪਣੇ ਉਤਰਾਂਚਲ 'ਚ, ਉੱਤਰਾਖੰਡ 'ਚ, ਸੋਰੀ ਜੀ। ਤੇ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦਾ ਜੀ ਇਹਦੇ ਨਾਲ ਵਧੀਆ ਤਾਂ ਕੰਮ ਹੀ ਕੋਈ ਨਹੀਂ ਆ, ਕੁਦਰਤ ਦੀ ਸੇਵਾ ਦੀ ਗੱਲ ਹੋ ਰਹੀ ਹੈ, ਕੁਦਰਤ ਦੀ ਸੇਵਾ ਦੀ ਗੱਲ ਹੋ ਰਹੀ ਆ। ਤੇ ਉਹਨਾਂ ਵੀ ਕੋਈ ਓਬਜੈਕਸ਼ਨ ਨਹੀਂ ਕੀਤਾ, ਤੇ ਫਿਰ ਬਾਬਾ ਜੀ ਨੇ ਆਪਣੇ ਸੇਵਕ ਭੇਜੇ ਤੇ ਉਹ ਬੂਟੇ ਲਗਾ ਗਏ ਇੱਥੇ। ਕਿੰਨੇ ਪੌਦੇ ਜਿਹੜੇ ਹੈਗੇ ਆ, ਜਿਹੜੇ ਰੁੱਖ ਵੀ ਕਹਿ ਲਈਏ ਆਪਾਂ, ਜਾਂ ਫਿਰ ਆ ਹੁਣ ਜਿੱਦਾਂ ਗੋਲਾਂ ਦੀ ਗੱਲ ਕਰੀਏ, ਤੂਤ ਲੱਗੇ ਆ ਜਾਂ ਫਿਰ ਅਮਰੂਦ ਲੱਗੇ ਆ, ਬਹੁਤ ਮਤਲਬ ਅਥਾਹ ਜਿਹੜੀਆਂ ਕਹਿ ਸਕਦੇ ਆ ਕਿ ਪੌਦਿਆਂ ਦੀਆਂ ਵਰਾਇਟੀਆਂ, ਰੁੱਖਾਂ ਦੀਆਂ ਵਰਾਇਟੀਆਂ। ਹਾਂਜੀ ਹਾਂਜੀ, ਔਰ ਕਈ ਤਾਂ ਕਹਿ ਦਈਏ ਕਿ ਅਜਿਹੇ ਕਈ ਪੌਦੇ ਹੈਗੇ ਜਿਨ੍ਹਾਂ ਦੀ ਮੈਡੀਸਨ ਦੀ ਗੱਲ ਹੁੰਦੀ ਹੈ, ਜਿਵੇਂ ਹੁਣ ਸੁਹੰਜਣੇ ਦੀ ਸੁਹੰਜਣਾ ਹੈਗਾ, ਇਹਨਾਂ ਕੁਛ ਜਿਹੜਾ ਹੈਗਾ ਬਹੁਤ ਕਹਿ ਸਕਦੇ ਕਿ ਕੀਮਤੀ ਭਰਪੂਰ ਖਜ਼ਾਨੇ ਦਾ ਕਹਿ ਸਕਦੇ ਸਰੋਤ ਬਣ ਗਿਆ, ਸਰੋਤ ਆ ਜੀ। ਹਾਂਜੀ ਹਾਂਜੀ ਹਾਂਜੀ, ਤੇ ਗੱਲ ਜੀ ਟੋਟਲ ਇੱਕ 50 ਕਿਸਮ ਦੇ ਬੂਟੇ ਆ। 50 ਕਿਸਮ ਦੇ? ਹਾਂਜੀ ਹਾਂਜੀ ਹਾਂਜੀ। ਕਿੰਨੇ ਆ ਜੀ ਟੋਟਲ? 1500 ਬੂਟਾ ਵਾ। ਅੱਛਾ, 1500 ਬੂਟਾ। ਹਾਂਜੀ ਹਾਂਜੀ, ਇਹਦੇ 'ਚ ਮਤਲਬ ਪੁਰਾਤਨ ਬੂਟੇ ਜਿੱਦਾਂ ਪਿੱਪਲ ਆ, ਬੋਹੜ ਆ, ਕਿੱਕਰਾਂ, ਬੇਰੀਆਂ, ਟਾਹਲੀਆਂ, ਵਾਂਸ ਆ, ਸੁਹੰਜਣਾ ਵਾ, ਹੋਰ ਕਈ ਬੂਟੇ ਇਹੋ ਜਿਹੇ ਜਿਹਨਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਪਰ ਬਾਬਾ ਜੀ ਨੂੰ ਹੈ।
ਤੇ ਉਹ ਟੋਟਲ ਮਤਲਬ 1500 ਬੂਟਾ ਲਗਾਇਆ ਸੀ। ਉਹ ਚੋਂ ਕੋਈ ਵੱਧ ਤੋਂ ਵੱਧ 20-25 ਬੂਟੇ ਖਰਾਬ ਹੋ ਗਏ ਹੋਣਗੇ, ਬਾਕੀ ਤੁਹਾਡੇ ਸਾਹਮਣੇ ਪੂਰਾ ਹਰਿਆ ਭਰਿਆ ਤੇ ਸਭ ਕੁਛ ਨੈਚੁਰਲ ਹੈ। ਕੀ ਲੱਗਦਾ ਹੈਗਾ ਵਾ ਕਿ ਅੱਜ ਦੀ ਜਿਹੜੀ ਜ਼ਿੰਦਗੀ ਹੈ, ਹਾਂਜੀ ਹਾਂਜੀ, ਉਹਦੇ ਵਿੱਚ ਭੱਜ ਦੌੜ ਆ, ਪੈਸੇ ਦੇ ਪਿੱਛੇ ਦੌੜ ਜਿਹੜੀ ਆ ਹਰ ਇੱਕ ਵਿਅਕਤੀ ਦੀ ਲੱਗੀ ਹੋਈ ਹੈ। ਗੱਲ ਕਿ ਪੈਸਾ ਜ਼ਰੂਰੀ ਆ, ਪਰ ਇੰਨਾ ਤੁਹਾਡੇ ਸਰੀਰ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਆ। ਹਰ ਇੱਕ ਨੂੰ ਹੈਗਾ ਕਿ ਚਲੋ ਜੇ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਜੇ ਕਿਸੇ ਕੋਲ ਸਾਧਨ ਹੈ ਕੋਈ ਪੈਸਾ ਦੇ ਨਾਲੋਂ, ਇਹ ਚੀਜ਼ ਜਿਹੜੀ ਆ ਪੈਸਾ ਵੱਖਰੀ ਆਪਣੀ ਜਗ੍ਹਾ, ਇਹ ਜਿਹੜਾ ਇੱਥੇ ਆ ਕੇ ਜੋ ਖੁਸ਼ੀ ਮਿਲਦੀ ਉਹ ਆਪਣੀ ਜਗ੍ਹਾ ਵਾ, ਅਤੇ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ। ਪੈਸਾ ਤਾਂ ਮਤਲਬ ਲੋੜ ਹੈ, ਪਰ ਉਹਨਾਂ ਇੰਨੀ ਜ਼ਿਆਦਾ ਲੋੜ ਵੀ ਨਾ ਬਣਾਈਏ ਆਪਾਂ, ਵੀ ਉਹਦੇ ਬਿਨਾਂ ਸਰਦਾ ਹੀ ਨਹੀਂ ਆ, ਸਰਦਾ ਹੀ ਨਹੀਂ। ਹਾਂ ਹਾਂ ਨਿੰਦਰ ਜੀ, ਜਿਹੜਾ ਕਲਯੁੱਗ ਦਾ ਇਹ ਦੌਰ ਹੈਗਾ ਹੈ, ਕਈ ਤਰ੍ਹਾਂ ਦੀਆਂ ਤਸਵੀਰਾਂ ਰੋਜ਼ ਸਾਹਮਣੇ ਆਉਂਦੀਆਂ ਨੇ, ਜਿਹਦੇ ਵਿੱਚ ਕਹਿ ਦਈਏ ਕਿ ਅੱਜ ਅਖਬਾਰ ਫੜ ਲਈਏ ਜਾਂ ਟੀਵੀ ਚੈਨਲ ਖੋਲ ਲਈਏ ਤੇ ਕਤਲੋ ਗਾਰਤ ਹੈ, ਸਭ ਕੁਛ ਹੋ ਰਿਹਾ, ਔਰ ਮਾਂ ਪਿਓ ਤੋਂ ਵੀ ਜਿਹੜਾ ਹੈਗਾ, ਨਿਆਣੇ ਜਿਹੜੇ ਹੈਗੇ ਆ ਉਹ ਉਹਨਾਂ ਤੋਂ ਕਿਤੇ ਬਾਹਰ ਨੇ, ਔਰ ਜ਼ਮੀਨਾਂ ਪਿੱਛੇ ਕਤਲ ਹੋ ਰਹੇ ਨੇ, ਕਤਲ ਹੋ ਰਿਹਾ ਜੀ। ਤੁਹਾਡੇ ਅਨੁਸਾਰ ਇਹ ਜਿਹੜੀ ਸਹੀ ਤੌਰ ਦੇ ਉੱਤੇ ਸਮਰਪਣ ਜਿਹੜਾ ਤੁਹਾਡੇ ਵੱਲੋਂ ਆ, ਉਹ ਕਿਸ ਕਹਿ ਸਕਦੇ ਆ ਕਿ ਕਿਸ ਮਨ ਦੇ ਵਿੱਚ ਜਿਹੜੀ ਸੋਚ ਸੀਗੀ, ਕਿਸ ਸੋਚ ਨੂੰ ਲੈ ਕੇ ਕੀਤਾ ਗਿਆ ਹੈਗਾ ਸਮਰਪਣ? ਗੱਲ ਜੀ, ਸੋਚ ਇੱਕ ਤੇ ਵਾਤਾਵਰਨ ਦੀ ਪਿਓਰਟੀ ਵਾਸਤੇ ਹੈਗਾ ਸੀ, ਦੂਜਾ ਕਿ ਕੁਦਰਤੀ ਮਤਲਬ ਉਦੋਂ 6 ਮਹੀਨੇ ਪਹਿਲਾਂ ਸਾਡੇ ਫਾਦਰ ਦੀ ਡੈਥ ਹੋਈ ਸੀ, ਤੇ ਦਿਮਾਗ 'ਚ ਹੈਗਾ ਸੀ ਕਿ ਉਹਨਾਂ ਦੀ ਯਾਦ ਵਿੱਚ ਕੁਛ ਨਾ ਕੁਛ ਬਣਾਇਆ ਜਾਵੇ। ਪਹਿਲਾਂ ਕਈ ਕੁਛ ਸੋਚਿਆ ਸੀ ਕਿ ਆਹ ਦਈਏ, ਫਿਰ ਦਿਮਾਗ 'ਚ ਆਇਆ ਕਿ ਚਲੋ ਇਹਦੇ ਨਾਲੋਂ ਵਧੀਆ ਉਪਰਾਲਾ ਹੀ ਕੋਈ ਨਹੀਂ ਆ, ਤੇ ਉਹਨਾਂ ਨੂੰ ਸਮਝ ਲਓ ਸਾਡੇ ਵੱਲੋਂ ਉਹਨਾਂ ਨੂੰ ਹੀ ਸਮਰਪਿਤ ਆ, ਜਿੰਨਾ ਚਿਰ ਅਸੀਂ ਆ ਜਾਂ ਸਾਡੇ ਬੱਚੇ ਆ ਅਸੀਂ ਇਹਨੂੰ ਨਹੀਂ ਛੇੜਾਂਗੇ, ਜਿੱਦਾਂ ਵੀ ਆ ਚੱਲਦਾ ਰਹੇਗਾ। ਇਹ ਕਹਿ ਸਕਦੇ ਹਾਂ ਕਿ ਪਰਿਵਾਰ ਦੇ ਵਿੱਚ ਇੱਕ ਏਕੇ ਦਾ ਸਬੂਤ ਹੈਗਾ, ਔਰ ਸੈਕਿੰਡ ਇਹ ਹੈਗਾ ਵਾ ਕਿ ਬੱਚੇ ਵੀ ਇਸ ਗੱਲ ਦੇ ਨਾਲ ਐਗਰੀ ਨੇ। ਬਿਲਕੁਲ, ਸਾਰਾ ਪਰਿਵਾਰ ਹੀ ਐਗਰੀ ਆ ਜੀ, 3 ਬ੍ਰਦਰ ਅਸੀਂ 3 ਐਗਰੀ ਆ, ਗਾਉਂ ਉਹਨਾਂ ਦੇ ਬੱਚੇ ਵੀ, ਮੇਰੇ ਬੱਚੇ ਵੀ ਆ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਆ, ਮਤਲਬ ਮਜ਼ੇ ਲੈ ਰਹੇ ਸਾਰੇ ਵਧੀਆ, ਆਪੋ ਆਪਣੀ ਜਗ੍ਹਾ ਤੇ ਕੰਮ ਸੈੱਟ ਆ ਸਾਰਿਆਂ ਦਾ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਸੰਤੁਸ਼ਟ ਆ ਮਨ? ਵੈਰੀ, ਬਹੁਤ ਵਧੀਆ ਸੰਤੁਸ਼ਟ ਆ ਜੀ, ਕੋਈ ਪ੍ਰੋਬਲਮ ਨਹੀਂ ਆ। ਕੀ ਲੱਗਦਾ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸੀਗਾ ਕਿ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਦੇ ਵਿੱਚ, ਕਿਉਂਕਿ ਕੁਦਰਤ ਕਹਿੰਦੇ ਹੁੰਦੇ ਆ ਕਿ ਸਾਂਝੀ, ਔਰ ਮਾਪਿਆਂ ਦੇ ਨਾਂ ਦੇ ਉੱਤੇ ਜਦੋਂ ਅਸੀਂ ਕੁਦਰਤ ਵਾਸਤੇ ਕੁਛ ਕਰ ਸਕੀਏ ਤਾਂ ਮੇਰੇ ਖਿਆਲ ਨਾਲ ਉਹ ਖੁਸ਼ੀ ਅਲੱਗ ਹੁੰਦੀ। ਬਿਲਕੁਲ 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 ਜੀ, ਉਹ ਅਲੱਗ। ਫਾਦਰ ਸਾਹਿਬ ਕੀ ਕਰਦੇ ਸੀਗੇ? ਫਾਦਰ ਸਾਹਿਬ ਸੂਬੇਦਾਰ ਪੈਨਸ਼ਨ ਆਏ ਸੀ ਆਰਮੀ ਚੋਂ। ਠੀਕ ਹੈ, ਇੰਡੀਅਨ ਆਰਮੀ ਚੋਂ ਪੈਨਸ਼ਨ ਆਏ ਸੀ ਸੂਬੇਦਾਰ। ਇਹ ਫਿਰ ਜੱਦੀ ਪੈਲੀ ਸੀਗੀ ਜਾਂ? ਨਹੀਂ, ਸਾਡੀ ਜੱਦੀ ਪੈਲੀ ਜਿਹੜੀ ਹੋ ਰਹੀ ਹੈ, ਇਹ ਜ਼ਮੀਨ ਜਿਹੜੀ ਅਸੀਂ ਖਰੀਦੀ ਸੀ। ਠੀਕ ਹੈ, ਕਹਿ ਸਕਦੇ ਪਿਤਾ ਨੇ ਕੁਛ ਕਮਾ ਕੇ ਬਣਾ ਕੇ ਦਿੱਤਾ, ਸਭ ਕੁਛ ਉਹਨਾਂ ਦਾ ਜੀ, ਕਰੋੜਾਂ ਰੁਪਏ ਦੀ ਜਾਇਦਾਦ ਉਹ ਛੱਡ ਕੇ ਗਏ ਆ, ਅਸੀਂ ਵੀ ਛੱਡ ਜਾਣੀ ਆ ਇੱਥੇ ਨਾਲ, ਤੇ ਕਿਸੇ ਨੇ ਵੀ ਨਹੀਂ ਲੈ ਕੇ ਜਾਣਾ। ਇਹ ਤਾਂ ਸਿਰਫ ਮਨ ਨੂੰ ਸਮਝਾਉਣ ਵਾਲੀ ਗੱਲ ਆ ਕਿ ਤੁਸੀਂ ਮਨ ਨੂੰ ਸਮਝਾ ਲਿਆ, ਮਨ ਨੇ ਪਰਮਾਤਮਾ ਨੇ ਬੁੱਧੀ ਬਖਸ਼ੀ ਆ, ਤੇ ਉਹਦੀ ਸਮਝ ਲਓ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਉਪਰਾਲਾ ਹੋਇਆ ਇਹ ਤੇ। ਵਧੀਆ, ਇਹਦੇ ਵਿੱਚ ਜਿਹੜੇ ਬੂਟੇ ਲੱਗੇ ਨੇ, ਰੁੱਖ ਲੱਗੇ ਨੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਕੋਈ ਕਿਸਮਾਂ ਦੇ ਬਾਰੇ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈਗੀ ਆ, ਕਿਸ ਕਿਸ ਕਿਸਮ ਦੇ ਹੈਗੇ ਆ? ਹਾਂਜੀ ਹਾਂਜੀ, ਔਰ ਕਾਫੀ ਸੋਹਣਾ ਸੰਘਣਾ ਜੰਗਲ ਜਿਹੜਾ ਹੈਗਾ ਇਹ ਬਣਿਆ ਪਿਆ ਨਾ। ਗੱਲ ਸਾਰੇ ਬੂਟਿਆਂ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਆ, ਪਰ ਜਿਵੇਂ ਮਤਲਬ ਆਹ ਸੁਹੰਜਣਾ ਤੁਹਾਡੇ ਸਾਹਮਣੇ ਲੱਗਾ, ਬੇਰੀਆਂ ਵਾ, ਕਿੱਕਰਾਂ ਵਾ, ਤੇ ਪੁਰਾਣੇ ਬੂਟਿਆਂ ਤੋਂ ਸਮਝ ਲਓ ਕਿ ਬੋਹੜ ਹੈਗੇ ਆ, ਬੇਲ ਪੱਤਰ ਆ, ਤੇ ਹੋਰ ਕਾਫੀ ਵਰਾਇਟੀਆਂ ਵਾ, ਮਤਲਬ ਸਾਰੀਆਂ ਵਰਾਇਟੀਆਂ ਸਾਈਡਾਂ ਤੇ, ਸਾਰੇ ਸਾਰੇ ਸਮਾਊਗਾ, ਸਾਗਵਾਨ, ਸਾਗਵਾਨ ਵੀ ਆਇਆ ਸਾਈਡਾਂ ਤੇ, ਸਾਰੇ ਫੁੱਲ ਆ, ਫੁੱਲ ਆਹ ਹੁਣ ਤੁਹਾਡੇ ਸਾਹਮਣੇ ਤਿੱਤਰ ਉੱਡ ਕੇ ਗਿਆ, ਤਿੱਤਰ ਉੱਡ ਕੇ ਚਲਾ ਗਿਆ ਤਿੱਤਰ ਵੀ, ਤੇ ਹੌਲੀ ਹੌਲੀ ਜਾਨਵਰ ਆਉਣਗੇ ਇੱਥੇ, ਤੇ ਬੜਾ ਵਧੀਆ ਜਾਨਵਰਾਂ ਦੇ ਵਾਸਤੇ ਹੀ, ਐਕਚੁਲੀ ਸਾਡਾ ਫਰੂਟ ਲਗਾਇਆ ਗਿਆ ਜਾਨਵਰ ਵਾਸਤੇ ਹੀ ਆ, ਜਦੋਂ ਬੂਟੇ ਵੱਡੇ ਹੋਣ, ਜਾਨਵਰ ਆਉਣ, ਉਹਨਾਂ ਨੂੰ ਸਭ ਕੁਝ ਇੱਥੇ ਹੀ ਖਾਣ ਨੂੰ ਮਿਲੇ ਉਹਨਾਂ ਨੂੰ।
ਅੱਛਾ, ਇਹ ਜਦੋਂ ਜੰਗਲ ਲਗਾਇਆ ਗਿਆ ਸੀਗਾ, ਹਾਂਜੀ ਹਾਂਜੀ, ਤੇ ਫਿਰ ਪਾਣੀ ਪੂਣੀ ਦਾ ਪ੍ਰਬੰਧ ਕਰਨਾ ਪਿਆ ਹੋਊਗਾ ਕਿ ਕੁਦਰਤੀ ਤੌਰ ਤੇ ਹੀ ਹੈ ਸਾਰਾ? ਗੱਲ ਜੀ, ਪਾਣੀ ਐਕਚੁਅਲੀ ਇਹ ਸੀ ਕਿ ਇਹ ਜ਼ਮੀਨ ਸੀ ਪਹਿਲਾਂ ਠੇਕੇ ਤੇ। ਅੱਛਾ ਜੀ। ਤੇ ਪਾਣੀ ਨਹੀਂ ਸਾਡਾ ਅਵੇਲੇਬਲ ਹੈਗਾ ਪਾਣੀ, ਕਿਉਂਕਿ ਟਿਊਬਲ ਕਨੈਕਸ਼ਨ ਹੈ ਨਹੀਂ ਸੀ। ਅੱਛਾ ਜੀ। ਬੂਟੇ ਕਰੀ ਬਿਲਕੁਲ ਸੁੱਕ ਗਏ ਸੀ। ਫਿਰ ਬਾਬਾ ਜੀ ਨਾਲ ਗੱਲ ਕੀਤੀ ਵੀ ਬੂਟੇ ਤਾਂ ਸੁੱਕਦੇ ਜਾ ਰਹੇ, ਵੀ ਪਾਣੀ ਦਾ ਕੋਈ ਪ੍ਰਬੰਧ ਕਰੀਏ ਆਪਾਂ, ਕੋਈ ਗੱਡੀ ਵਗੈਰਾ ਲਿਆ ਕੇ ਪਾਣੀ ਪਾ ਦਿੰਦੇ ਅਸੀਂ। ਉਹ ਕਹਿੰਦੇ ਵੀ ਤੁਸੀਂ ਬੇਫਿਕਰ ਹੋ ਜਾਓ, ਇਹ ਬੂਟੇ ਆਪੇ ਹੋ ਜਾਣਗੇ। ਤੋ ਤਕਰੀਬਨ 2 ਮਹੀਨੇ ਬਾਅਦ ਬਰਸਾਤ ਸ਼ੁਰੂ ਹੋ ਗਈ ਤੇ ਦਿਨਾਂ ਦੇ ਵਿੱਚ ਹੀ ਬੂਟੇ ਫਿਰ ਬਦਲ ਗਏ। ਹੁਣ ਤਾਂ ਵੈਸੇ ਨਹੀਂ ਲੋੜ, ਹੁਣ ਮਤਲਬ ਕਾਫੀ ਵੱਡੇ ਹੋ ਗਏ, ਹੁਣ ਲੋੜ ਹੀ ਨਹੀਂ ਪਾਣੀ ਦੀ। ਹੁਣ ਤਾਂ ਵੈਸੇ ਜੰਗਲ ਕਹਿ ਸਕਦੇ ਕਿ ਜਿੱਥੇ ਜੰਗਲ ਆ ਤੇ ਜਿਹੜੇ ਰੁੱਖ ਹੈਗੇ ਆ ਕੁਦਰਤੀ ਤੌਰ ਦੇ ਉੱਤੇ ਜਿਹੜਾ ਹੈਗਾ ਜ਼ਮੀਨ ਤੋਂ ਜੋ ਜੋ ਵੀ ਉਹਨਾਂ ਦੀਆਂ ਨੀਡਸ ਆ ਪੂਰੀਆਂ ਕਰਦੇ ਹਨ। ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਹਿਲਾਂ ਗੋਡੀ ਵੀ ਕਰਾਈ ਹੈ ਜੀ। ਅੱਛਾ। 3-4 ਵਾਰੀ ਗੋਡੀ ਕਰਾਈ ਆ ਤੇ ਹੁਣ ਮਤਲਬ ਗੋਡੀ ਦੀ ਵੀ ਲੋੜ ਨਹੀਂ ਆ, ਕਿਉਂਕਿ ਇਹ ਜਿਹੜੀ ਘਾਹ ਵਾ ਸੜ ਜਾਣਾ, ਇਹਦੀ ਲਾਈਫ ਅਜੇ 4 ਮਹੀਨੇ 5 ਮਹੀਨੇ ਫਿਰ ਇਹਨੇ ਸੜ ਜਾਣਾ। ਤੇ ਖਾਦ ਦਾ ਕੰਮ ਇਹੋ ਕਰ ਰਹੇ, ਜੋ ਪੱਤੇ ਸੀ ਹੁਣ ਸਾਰੇ ਪੱਤੇ ਝੜ ਗਏ ਸੀ। ਤੁਸੀਂ ਮਤਲਬ ਅੱਜ ਤੋਂ 2 ਮਹੀਨੇ ਪਹਿਲਾਂ ਆਉਂਦੇ ਬਿਲਕੁਲ ਸਾਫ਼ ਸੀ, ਸਾਰੇ ਪੱਤੇ ਝੜ ਗਏ ਸੀ। ਇਹ ਸਭ ਪੱਤੇ ਜਿਹੜੇ ਖਾਦ ਬਣ ਜਾਣੀ ਆ ਤੇ ਖਾਦ ਨਾਲ ਗਾਂਹ ਹੋਰ ਇਹਨੇ ਵਧਣਾ। ਜਿੱਦਾਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਇੱਥੇ ਕੁਛ ਇੱਕ ਰੁੱਖਾਂ ਦੀ, ਅਸੀਂ ਪਿੱਛੇ ਜੇ ਸਟੋਰੀ ਕੀਤੀ ਸੀਗੀ, ਹਾਂਜੀ ਹਾਂਜੀ, ਮਹਾਗਿਨੀ ਰੁੱਖ ਨੂੰ ਲੈ ਕੇ ਕਿ ਬਹੁਤ ਕੀਮਤੀ ਜਿਹੜਾ ਹੈਗਾ ਉਹ ਰੁੱਖ ਹੈਗਾ, ਔਰ ਨਾਲ ਦੇ ਨਾਲ ਇੱਕ ਸਮਾਂ ਆਉਣ ਦੇ ਉੱਤੇ ਕਹਿ ਸਕਦੇ ਹਾਂ ਕਿ ਚੰਗੀ ਕੀਮਤ ਜਿਹੜੀ ਹੈਗੀ ਆ ਉਹ ਰੁੱਖ ਦੇ ਦਿੰਦਾ ਹੈਗਾ। ਹਾਂਜੀ। ਇੱਥੇ ਚਲੋ ਠੀਕ ਹੈ ਕਿ ਜੰਗਲ ਤੁਸੀਂ ਲਗਾਇਆ ਹੈਗਾ, ਔਰ ਉਹਦੇ ਵਿੱਚ ਕੀਮਤੀ ਕਹਿ ਸਕਦੇ ਹਾਂ ਕਿ ਖਜ਼ਾਨਾ ਜਿਹੜਾ ਹੈਗਾ ਉਹ ਵੀ ਲੱਗਾ ਹੋਇਆ ਹੈਗਾ। ਲੋਕਾਂ ਨੂੰ ਜਿਹੜਾ ਹੈਗਾ ਬਾਬਾ ਜੀ ਵੱਲੋਂ ਪਹਿਲਾਂ ਇੱਕ ਵਾਰੀ ਦੇਖਿਆ ਸੀਗਾ ਕਿ ਉਹਨਾਂ ਵੱਲੋਂ ਰੁੱਖ ਜਿਹੜੇ ਹੈਗੇ ਆ ਜਿੰਨੇ ਵੀ ਚੋਹਲਾ ਸਾਹਿਬ ਰੋਡ ਵੇਖਿਆ ਜਾਂਦਾ, ਉਹਨਾਂ ਵੱਲੋਂ ਲੋਕਾਂ ਨੂੰ ਸੁਨੇਹਾ ਸੀਗਾ ਕਿ ਤੁਸੀਂ ਜੰਗਲ ਲਗਾਓ, ਅਸੀਂ ਪਹਿਲਾਂ ਪਿੱਛੇ ਜੇ ਦੇਖਿਆ ਸੀਗਾ, ਲੇਕਿਨ ਇਹ ਤੁਹਾਡੇ ਵੱਲੋਂ ਜਿਹੜਾ ਹੈਗਾ ਉਪਰਾਲਾ ਕੀਤਾ ਗਿਆ ਜੰਗਲ ਲੱਗੇ ਦਾ, ਕਿਵੇਂ ਲੱਗਦਾ, ਕੀ ਸੁਨੇਹਾ ਲੋਕਾਂ ਨੂੰ ਤੁਸੀਂ ਦੇਣਾ ਚਾਹੋ ਕਿ ਇਹ ਚੀਜ਼ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈ? ਗੱਲ ਕਿ ਮੈਂ ਤੇ ਚਲੋ ਅਸੀਂ ਕੌਣ ਹੈ ਸੁਨੇਹਾ ਦੇਣ ਵਾਲੇ, ਬੜੇ ਛੋਟੇ ਜਿਹੇ ਬੰਦੇ ਹਾਂ, ਪਰ ਇੰਨੀ ਗੱਲ ਜ਼ਰੂਰ ਹੈ ਮੈਂ ਕਹਾਂਗਾ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਕਿ ਜਿਹਦੇ ਕੋਲ ਵੀ ਥੋੜ੍ਹਾ ਜਿਹਾ ਵੀ ਸਰਪਲਸ ਜ਼ਮੀਨ ਹੈ, ਮਤਲਬ ਕੋਈ ਹੋਰ ਸਾਧਨ ਹੈਗੇ ਉਹਦੇ ਕੋਲ ਕਮਾਈ ਦੇ, ਤੇ ਜ਼ਰੂਰੀ ਨਹੀਂ ਕਿ ਉਹ ਜ਼ਮੀਨ 'ਤੇ ਡਿਪੈਂਡੈਂਟ ਹੈ, ਅਤੇ ਉਹਨੂੰ ਮਤਲਬ ਥੋੜ੍ਹਾ ਜਿਹਾ ਲਾਲਚ, ਇੰਨਾ ਕੁ ਲਾਲਚ ਹੈ, ਥੋੜ੍ਹਾ ਜਿਹਾ ਲਾਲਚ ਛੱਡ ਕੇ ਆਪਣਾ, ਅਤੇ ਕੋਈ ਮਤਲਬ ਜ਼ਿਆਦਾ ਨਹੀਂ, ਕੋਈ 40-50 ਬੂਟੇ ਲਾ ਲਏ, ਕੋਈ 100 ਲਾ ਲਏ, ਜਿਹਦੇ ਕੋਲ ਜ਼ਿਆਦਾ ਉਹ ਥੋੜ੍ਹੇ ਹੋਰ ਵੱਧ ਲਗਾ ਲਏ, ਅਤੇ ਜ਼ਰੂਰ ਲਗਾਉਣੇ ਚਾਹੀਦੇ ਆ, ਮਤਲਬ ਪੰਜਾਬ ਦੇ ਭਲੇ ਲਈ ਆ, ਕੋਈ ਦਵਾਈਆਂ ਤੋਂ ਬਚਾਂਗੇ ਆਪਾਂ, ਵਾਤਾਵਰਨ ਆਪਣਾ ਸ਼ੁੱਧ ਹੋਊਗਾ, ਅਤੇ ਸਭ ਨੂੰ ਵੀ ਫਾਇਦਾ ਹੈ, ਮਤਲਬ ਇਕੱਲੇ ਉਹਨਾਂ ਨੂੰ ਨਹੀਂ, ਮਤਲਬ ਆਂਢ ਗੁਆਂਢ ਨੂੰ ਵੀ ਲਾਗੇ ਦੂਰ ਤੱਕ ਫਾਇਦਾ ਹੋਣਾ ਇਸ ਚੀਜ਼ ਦਾ, ਅਤੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਆਪਾਂ ਨੂੰ, ਅਤੇ ਲੋਕਾਂ ਨੂੰ ਇਹੋ ਬੇਨਤੀ ਕਰਦੇ ਹਾਂ ਵੀ ਮਤਲਬ ਜ਼ਰੂਰ ਹੈ, ਮਤਲਬ ਤੰਦਰੁਸਤੀ ਵਾਸਤੇ, ਆਪਣੀ ਤੰਦਰੁਸਤੀ ਵਾਸਤੇ, ਅਤੇ ਆਪਣੇ ਆਂਢ ਗੁਆਂਢ ਦੀ, ਆਪਣੇ ਪਿੰਡ ਦੀ ਤੰਦਰੁਸਤੀ ਵਾਸਤੇ, ਮਤਲਬ ਜ਼ਰੂਰ ਜੰਗਲ ਲਵਾਉਣ, ਬੂਟੇ ਜੰਗਲ ਨਾ ਮਤਲਬ ਬੂਟੇ ਲਵਾ ਲੈਣ। ਫਾਦਰ ਸਾਹਿਬ ਨੇ 28 ਸਾਲ ਸਰਵਿਸ ਕੀਤੀ ਆ, ਛੋਟਾ ਬ੍ਰਦਰ ਆ ਉਹ ਵੀ ਆਰਮੀ ਚੋਂ ਪੈਨਸ਼ਨ ਆਇਆ ਵਾ, ਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਮਤਲਬ ਪਰਮਾਤਮਾ ਦੀ ਕਿਰਪਾ ਵਾ, ਫਾਈਨੈਂਸ਼ੀਅਲੀ ਇਹ ਵੀ ਮਤਲਬ ਕੁਦਰਤ ਦੀ, ਅਜੇ ਤੁਹਾਡੇ ਘਰ ਚ ਕੋਈ ਉਹੋ ਜਿਹੀ ਸਮੱਸਿਆ ਆ ਜਾਂਦੀ ਆ, ਲੱਖਾਂ ਰੁਪਇਆ ਤੁਹਾਡਾ ਮਿੰਟ ਚ ਰੁੜ ਜਾਂਦਾ, ਆਪਾਂ ਉਹ ਵੀ ਬਰਦਾਸ਼ਤ ਕਰਦੇ ਹਾਂ, ਤੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ, ਪਰਮਾਤਮਾ ਦੀ ਕਿਰਪਾ ਵਾ, ਤੇ 3 ਬ੍ਰਦਰਾਂ 3 ਵੈਲ ਸੈਟਲ ਆ, ਕੋਈ ਇਹੋ ਜਿਹੀ ਸਮੱਸਿਆ ਨਹੀਂ। ਚਲੋ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਧੰਨਵਾਦ ਤੁਹਾਡਾ ਸੱਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਬਿਲਕੁਲ ਜੀ, ਸਾਡੇ ਲਈ ਕੱਢਿਆ ਵਾ ਸਰ। ਬਿਲਕੁਲ, ਕੋਈ ਵੇਲਾ ਸੀਗਾ ਜਦੋਂ ਇਹਨਾਂ ਕੁਦਰਤੀ ਛਾਵਾਂ ਦੀ ਜਿਵੇਂ ਮੈਂ ਗੱਲ ਕਰਾਂ ਤ੍ਰੇਕ ਹੈਗੀ ਹੈ, ਜਾਂ ਇਹ ਆਮ ਹਰ ਇੱਕ ਘਰ ਦੇ ਵਿੱਚ ਹੁੰਦੀ ਸੀ, ਔਰ ਬਹੁਤ ਸਾਰੇ ਅਜਿਹੇ ਸ਼ਾਨਦਾਰ ਬੂਟੇ ਜਿਹੜੇ
ਆਪਾਂ ਪਿੱਪਲ ਬੋਰਡ ਸਾਰਿਆਂ ਦੀ ਗੱਲ ਕਰ ਲਈਏ, ਉਹ ਜੇ ਸਾਂਝੀਆਂ ਸੱਥਾਂ ਦੇ ਹੁੰਦੇ ਸੀਗੇ ਅਤੇ ਘਰਾਂ ਦੇ ਹੁੰਦੇ ਸੀਗੇ, ਅਤੇ ਇਹਨਾਂ ਛਾਵਾਂ ਨੂੰ ਅੱਜ ਕਿਤੇ ਨਾ ਕਿਤੇ ਅਸੀਂ ਵਿਸਾਰ ਚੁੱਕੇ ਹਾਂ, ਜਿਸ ਦਾ ਕਾਰਨ ਹੈਗਾ ਹੈ ਕਿ ਪੱਕੇ ਵਿਹੜੇ ਕਰ ਲਏ ਅਤੇ ਕੱਚਿਆਂ ਵਾਲੀਆਂ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਸੀਗੀਆਂ ਉਹਨਾਂ ਨੂੰ ਭੁਲਾਉਣ ਕਰਕੇ ਅੱਜ ਜਿਹੜਾ ਹੈਗਾ ਸਿੱਟਾ ਇਹ ਹੈਗਾ ਕਿ ਹਰ ਜਗ੍ਹਾ ਏਸੀ ਨੂੰ ਪਹਿਲ ਦਿੱਤੀ ਜਾਂਦੀ ਹੈ, ਸੋਚਿਆ ਜਾਂਦਾ ਕਿ ਠੰਡਕ ਕਿੱਥੇ ਰਹੇਗੀ, ਕਿੱਦਾਂ ਜਿਹੜਾ ਹੈਗਾ ਗਰਮੀ ਤੋਂ ਬਚਿਆ ਜਾ ਸਕਦਾ। ਸੋ ਇਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੰਨਾ ਹੋ ਸਕੇ, ਇਹ ਜ਼ਰੂਰੀ ਨਹੀਂ ਹੈ ਕਿ ਇੰਨੀ ਵੱਡੀ ਜ਼ਮੀਨ ਹੋਵੇ ਅਤੇ ਫਿਰ ਹੀ ਉਨੇ ਜਿਹੜੇ ਹੈਗੇ ਆ ਰੁੱਖ ਲਗਾਏ ਜਾਣ, ਅਤੇ ਕਿਤੇ ਵੀ ਜਿੱਥੇ ਜਿੱਦਾਂ 2, 5, 10 ਜਿੱਥੇ ਜਿੰਨੇ ਰੁੱਖ ਲਗਾਏ ਜਾ ਸਕਣ, ਤਾਂ ਸਾਰਿਆਂ ਜਾਂ ਸਰਬੱਤ ਦੇ ਭਲੇ ਦੀ ਗੱਲ ਕਰੀਏ ਅਸੀਂ, ਤਾਂ ਇਹ ਜ਼ਰੂਰੀ ਹੈ। ਕੁਦਰਤ ਨੂੰ ਬਚਾਉਣਾ ਇਸ ਸਮੇਂ ਬੇਹੱਦ ਜ਼ਰੂਰੀ ਹੈ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਰਈਆ।